ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ 'ਤੇ ਸਵਾਗਤ ਕਰਦੀ ਹਾਂ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਪਾਉਂਦਾ। ਪੰਜਾਬੀਆਂ ਦੇ ਦੋ ਸ਼ੌਂਕਾਂ ਤੋਂ ਕੋਈ ਅਣਜਾਣ ਨਹੀਂ ਰਿਹਾ, ਇੱਕ ਤਾਂ ਖਾਣ ਪੀਣ ਅਤੇ ਇੱਕ ਨੱਚਣ ਗਾਉਣ ਤੋਂ। ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਖਾਣ ਪੀਣ ਦੀ ਗੱਲ ਕਰਾਂਗੇ। ਜਦੋਂ ਖਾਣ ਪੀਣ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਦੇ ਢਾਬਿਆਂ ਦੀ ਗੱਲ ਤੁਰਦੀ ਹੈ। ਸੋ ਆਪਾਂ ਤੁਹਾਨੂੰ ਪੰਜਾਬ ਦੇ ਇੱਕ ਐਸੇ ਹੀ ਯੂਨੀਕ ਕੌਨਸੈਪਟ ਵਾਲੇ ਢਾਬੇ 'ਤੇ ਲੈ ਕੇ ਆਏ ਹਾਂ। ਅੱਜ ਅਸੀਂ ਮੋਹਾਲੀ ਦੇ ਸੈਕਟਰ 74 ਏਅਰਪੋਰਟ ਰੋਡ ਕਨੌਟ ਪਲਾਜ਼ਾ ਵਿਖੇ ਖੜ੍ਹੇ ਹਾਂ, ਜਿੱਥੇ ਗਰਮ ਧਰਮ ਢਾਬਾ ਖੁੱਲ੍ਹ ਚੁੱਕਿਆ ਅਤੇ ਸਾਰਿਆਂ ਨੂੰ ਪਤਾ ਕਿ ਇਹ ਢਾਬਾ ਧਰਮਿੰਦਰ ਜੀ ਹੋਰਾਂ ਦੇ ਨਾਮ 'ਤੇ ਹੈ। ਸੋ ਆਓ ਪਹਿਲਾਂ ਆਪਾਂ ਤੁਹਾਨੂੰ ਢਾਬੇ ਦੇ ਅੰਦਰ ਲੈ ਕੇ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਇੱਥੋਂ ਦਾ ਕੀ ਮਾਹੌਲ ਹੈ, ਕਿਵੇਂ ਇਸ ਢਾਬੇ ਨੂੰ ਤਿਆਰ ਕੀਤਾ ਗਿਆ ਅਤੇ ਕਿਹੋ ਜਿਹਾ ਖਾਣਾ ਇੱਥੇ ਆਏ ਹੋਏ ਮਹਿਮਾਨਾਂ ਨੂੰ ਪਰੋਸਿਆ ਜਾਂਦਾ। ਅੱਜ ਫਿਰ ਤਰਸੇਮ ਸਿੰਘ, ਟੀ ਡੀ ਆਈ ਗਰੁੱਪ ਮੋਹਾਲੀ ਦਾ CEO ਹੂੰ। ਟੀ ਡੀ ਆਈ ਗਰੁੱਪ ਮੋਹਾਲੀ 5 to 6 ਡਿਫਰੈਂਟ ਬ੍ਰਾਂਡਸ ਦੇ ਅੰਡਰ ਰੈਸਟੋਰੈਂਟਸ ਲੈ ਕੇ ਆਈ, ਜਿਹਦੇ ਵਿੱਚੋਂ ਇੱਕ ਹੈਗਾ ਆ ਗਰਮ ਧਰਮ। ਗਰਮ ਧਰਮ ਅੱਜ ਦੀ ਡੇਟ ਦਾ ਇੱਕ ਨਇਆ ਮਾਡਰਨਾਈਜ਼ਡ ਢਾਬਾ ਥੀਮ ਹੈ, ਜੋ ਬੇਸਿਕਲੀ ਆਪਣੇ ਸੁਪਰ ਸਟਾਰ ਧਰਮਿੰਦਰ ਜੀ ਦੇ ਨਾਂ ਤੋਂ ਫੇਮਸ ਹੋਇਆ ਹੈ। ਆਲਰੇਡੀ ਗਰਮ ਧਰਮ ਇੰਡੀਆ ਵਿੱਚ 3-4 ਵਾਰੀ ਖੁੱਲ੍ਹ ਚੁੱਕੇ ਨੇ। ਜਦ ਪਹਿਲਾਂ ਖੁੱਲ੍ਹਿਆ ਸੀ ਉਹ ਕਨੌਟ ਪਲਾਜ਼ਾ, ਕਨੌਟ ਪਲੇਸ ਦਿੱਲੀ ਵਿੱਚ ਹੀ, ਉਸ ਤੋਂ ਬਾਅਦ ਅਸੀਂ ਮੁਰਤਲ ਖੋਲ੍ਹਿਆ ਔਰ ਇੱਕ 26 ਸੈਕਟਰ ਚੰਡੀਗੜ੍ਹ ਵਿੱਚ ਖੁੱਲ੍ਹਿਆ। ਅੱਜ ਸਾਡੇ ਇਸ ਰੈਸਟੋਰੈਂਟ ਨੂੰ ਖੁੱਲ੍ਹੇ ਹੋਏ ਤਕਰੀਬਨ 1 ਮਹੀਨਾ ਹੋਇਆ ਔਰ ਇਹਦਾ ਇੰਨਾ ਜ਼ਿਆਦਾ ਅੱਛਾ ਰਿਸਪੋਂਸ ਸਾਨੂੰ ਆ ਰਿਹਾ ਕਿ ਇੰਨੇ ਅੱਛੇ, ਮਤਲਬ ਕਿ ਜੋ ਵੀ ਫੈਮਿਲੀਸ ਇੱਥੇ ਇੱਕ ਵਾਰੀ ਆ ਰਹੀ ਹੈ ਔਰ ਦੁਬਾਰਾ, ਵੀ ਕੈਨ ਸੀ ਕਿ ਐਵਰੀ ਸੰਡੇ ਉਹੀ ਫੈਮਿਲੀ ਦੁਬਾਰਾ ਸਾਡੇ ਕੋਲ ਰਿਪੀਟ ਹੋ ਰਹੀ ਹੈ। ਈਵਨ ਟਿਊਜ਼ਡੇ ਵੀ ਸਾਡੇ ਕੋਲ ਬਹੁਤ ਅੱਛਾ ਰਸ਼ ਹੋ ਰਿਹਾ, ਥਰਸਡੇ ਵੀ ਅੱਛਾ ਰਹੇ। ਯੂਜਲੀ ਸਾਡੇ ਇੰਡਸਟਰੀ 'ਚ ਕਹਿੰਦੇ ਆ ਕਿ ਟਿਊਜ਼ਡੇ ਥਰਸਡੇ ਲੋਕ ਜਰਾ ਬਾਹਰ ਆਊਟਿੰਗ ਨਹੀਂ ਕਰਦੇ ਆ, ਬਟ ਵੇਅਰ ਐਜ਼ ਗਰਮ ਧਰਮ ਦਾ ਇੰਨਾ ਅੱਛਾ ਸਾਨੂੰ ਰਿਸਪੋਂਸ ਮਿਲ ਰਿਹਾ। ਮੇਨ ਕਾਰਨ ਹੈਗਾ ਇਹਦੀ ਫੂਡ, ਦਾ ਕੁਆਲਿਟੀ ਆਫ ਫੂਡ ਜਿਹੜਾ ਅਸੀਂ ਸਰਵ ਕਰ ਰਹੇ ਹਾਂ ਗਰਮ ਧਰਮ, ਡੈਟ ਇਜ਼ ਮੇਡ ਇਨ ਪਿਓਰ ਦੇਸੀ ਘੀ ਔਰ ਇਟ ਇਜ਼, ਆਈ ਮੀਨ ਦਾ ਰੈਸਪੀ ਇਜ਼ ਟੋਟਲੀ ਯੂਨੀਕ। ਉਸ ਵਿੱਚ ਜੋ ਗਰਮ ਧਰਮ ਜੋ ਰੈਸਟੋਰੈਂਟ ਹੈ, ਇੰਟੀਰੀਅਰ ਟੋਟਲੀ ਕ੍ਰੀਏਟ ਕੀਤਾ ਗਿਆ ਹੈ ਔਨ ਦਾ ਥੀਮ ਆਫ ਧਰਮਿੰਦਰਾ ਜੀ ਦੇ ਉੱਪਰ। ਜਿਹੜੀ ਵੀ ਇੰਨੀ ਪੁਰਾਣੀ ਪਿਕਚਰਾਂ ਹੈਗੀ ਸੀ, ਪੁਰਾਣੇ ਪੋਸਟਰਸ ਹੈਗੇ ਆ, ਉਹ ਸਭ ਅੰਦਰ ਡਿਸਪਲੇ ਕੀਤੇ ਗਏ ਆ ਬੜੀ ਖੂਬਸੂਰਤੀ ਨਾਲ ਰੈਸਟੋਰੈਂਟ ਦੇ ਅੰਦਰ। ਐਂਡ ਜੋ ਮੇਰੇ ਕੋਲ ਜਿੰਨਾ ਵੀ ਇੰਟਾਇਰ ਸਟਾਫ ਹੈ, ਇੱਕ ਕਿਚਨ ਦਾ ਸਟਾਫ ਹੈ, ਮੇਰਾ ਐਗਜ਼ੀਕਿਊਟਿਵ ਸ਼ੈਫ ਹੈ, ਉਹਨਾਂ ਕੋਲ ਤਕਰੀਬਨ 20-25 ਸਾਲ ਦਾ ਐਕਸਪੀਰੀਅੰਸ ਹੈ, ਐਜ਼ ਵੈਲ ਐਜ਼ ਦੇ ਬੱਚੇ ਜਿਹੜੇ ਸਰਵਿਸ ਕਰ ਰਹੇ ਨੇ, ਜੋ ਮੇਰੇ ਜਿੰਨੇ ਵੀ ਸਟਾਫ ਸਰਵਿਸ ਸਟਾਫ ਹੈ, ਵੈਲ ਐਕਸਪੀਰੀਅੰਸ। ਤੁਸੀਂ ਵੇਖੋਗੇ ਹਮੇਸ਼ਾ ਉਹ ਸਮਾਈਲਿੰਗ ਫੇਸ ਹੀ ਹੁੰਦੇ ਆ ਐਂਡ ਦੇ ਆਰ ਆਲਵੇਜ਼ ਵੈਰੀ ਹੈਪੀ ਟੂ ਸਰਵ ਈਚ ਐਂਡ ਐਵਰੀ ਵਨ।
ਜਿਸ ਵਿੱਚ ਮੈਂ ਆਪਣਾ ਟੇਬਲ ਮੰਨ ਲਿਆ ਅਤੇ ਹੁਣ ਆਪਾਂ ਇਹਨਾਂ ਦਾ ਮੈਨਿਊ ਦੇਖਦੇ ਹਾਂ ਅਤੇ ਦੇਖਦੇ ਹਾਂ ਇਹਨਾਂ ਕੋਲ ਕੀ ਸਪੈਸ਼ਲ ਖਾਣ ਦੇ ਲਈ ਹੈਗਾ ਅਤੇ ਆਪਾਂ ਫਿਰ ਉਹਨਾਂ ਚੀਜ਼ਾਂ ਦਾ ਸਵਾਦ ਵੀ ਦੇਖਾਂਗੇ। ਅਤੇ ਜਦੋਂ ਆਪਾਂ ਮੈਨਿਊ ਖੋਲ੍ਹਦੇ ਹਾਂ ਤਾਂ ਬਹੁਤ ਹੀ ਇੰਟਰਸਟਿੰਗ ਪਾਰਟ ਜਿਹੜਾ ਇਹਨਾਂ ਦੇ ਮੈਨਿਊ ਦਾ ਹੈਗਾ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਧਰਮਿੰਦਰ ਜੀ ਦੇ ਉਸ ਵੇਲੇ ਦੀ ਇੰਸੀਡੈਂਟ ਨੂੰ ਲਿਖਿਆ ਹੋਇਆ ਜਦੋਂ ਧਰਮਿੰਦਰ ਸਾਹਿਬ ਹੋਰੀ ਇੱਥੋਂ ਪੰਜਾਬ ਤੋਂ ਉੱਠ ਕੇ ਪਹਿਲੀ ਵਾਰ ਬੰਬੇ ਗਏ ਸੀ, ਕਿਵੇਂ ਉਹ ਗਏ ਸੀ ਉਹ ਸਾਰਾ ਇਹਨਾਂ ਨੇ ਐਕਸਪਲੇਨ ਕੀਤਾ ਹੋਇਆ। ਅਤੇ ਫਿਰ ਖਾਸ ਗੱਲ ਆਉਂਦੀ ਹੈ ਧਰਮਜੀ ਸਪੈਸ਼ਲ, ਅਤੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਕਿ ਮਾਈ ਬਲਵਾਨ ਫੈਮਿਲੀ ਨਾਨ, ਅਨੋਖਾ ਮਿਲਨ ਸ਼ੇਖ, ਅੰਮ੍ਰਿਤਸਰੀ ਪਿੰਡ ਛੋਲੇ, ਮੇਰੇ ਹਮਦਮ, ਮੇਰੇ ਗੋਸਤ, ਰਾਨ ਪੰਜਾਬੀਆਂ ਦੀ ਸ਼ਾਨ, ਰਾਨ ਪੰਜਾਬੀਆਂ ਦੀ ਸ਼ਾਨ, ਜੀਲ ਕੇ ਉਸ ਪਾਰ, ਪਤਾ ਨਹੀਂ ਇਹਦੇ ਵਿੱਚ ਕੀ ਹੋਏਗਾ, ਮਸਤ ਕਲੰਦਰ ਹਾਂਡੀ ਕੇ ਅੰਦਰ, ਔਰ ਮੇਰੇ ਗਾਓਂ ਮੇਰੇ ਦੇਸ਼। ਅਤੇ ਆਪਾਂ ਦੇਖਦੇ ਹਾਂ ਕਿ ਅੱਜ ਆਪਾਂ ਇਹਨਾਂ ਦਾ ਕੀ ਟਰਾਈ ਕਰੀਏ। ਦੁਪਹਿਰ ਦਾ ਟਾਈਮ ਹੋ ਗਿਆ ਅਤੇ ਭੁੱਖ ਵੀ ਬੜੀ ਲੱਗੀ ਹੋਈ ਆ, ਮੈਨੂੰ ਲੱਗਦਾ ਕਿ ਅਸੀਂ ਅੱਜ ਇਹਨਾਂ ਦੀ ਵੈਜ ਥਾਲੀ ਟਰਾਈ ਕਰ ਸਕਦੇ ਹਾਂ। ਅਤੇ ਆਓ ਫਿਰ ਆਪਾਂ ਉਹਨਾਂ ਦੀ ਵੈਜ ਥਾਲੀ ਔਡਰ ਕਰੀਏ ਅਤੇ ਦੇਖੀਏ ਕਿ ਵੈਜ ਥਾਲੀ ਦੇ ਵਿੱਚ ਕੀ ਖਾਸ ਦੇ ਰਹੇ ਨੇ। ਐਕਸਕਿਊਜ਼ ਮੀ, ਇੱਕ ਵੈਜ ਥਾਲੀ, ਠੀਕ ਹੈ, ਥੈਂਕ ਯੂ। ਸੋ 5 ਤੋਂ 10 ਮਿੰਟ ਇਹ ਸਰਵ ਕਰਨ ਦੇ ਲਈ ਲੈਣਗੇ ਅਤੇ ਤਦ ਤੱਕ ਦੇ ਲਈ ਆਪਾਂ ਸਪੈਸ਼ਲ ਗਰਮ ਧਰਮ ਢਾਬੇ ਦੇ ਮੌਕਟੇਲ ਲਈ ਚੁਲਬੁਲੀ ਖੱਟੀ ਮਿੱਠੀ, ਅਤੇ ਇਹਦੀ ਖਾਸੀਅਤ ਹੈਗੀ ਕਿ ਇਹਨੂੰ ਪਊਏ ਦੇ ਵਿੱਚ ਸਰਵ ਕੀਤਾ ਜਾਂਦਾ। ਸੋ ਆਪਾਂ ਤਦ ਤੱਕ ਇਸ ਨੂੰ ਇੰਜੋਏ ਕਰਦੇ ਹਾਂ ਅਤੇ ਫਿਰ ਆਪਾਂ ਥਾਲੀ ਦਾ ਸਵਾਲ ਲੈਂਦੇ ਹਾਂ। ਦੋਸਤੋ, ਜਿੱਦਾਂ ਕਿ ਇਹਦੇ 'ਤੇ ਲਿਖਿਆ ਹੋਇਆ ਬੈਸਟ ਟੇਸਟ, ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਦਾਂ ਦਾ ਖੱਟਾ ਮਿੱਠਾ ਮੌਕਟੇਲ ਇਸ ਤੋਂ ਪਹਿਲਾਂ ਕਦੇ ਪੀਤਾ ਹੋਣਾ। ਅਤੇ ਬਾਕੀ ਬਹੁਤ ਹੀ ਡਿਫਰੈਂਟ ਜਿਹਾ ਇਹਦਾ ਟੇਸਟ ਹੈਗਾ ਅਤੇ ਬਹੁਤ ਹੀ ਸਵਾਦ ਆ, ਚੁਲਬੁਲੀ ਖੱਟੀ ਮਿੱਠੀ, ਥੈਂਕ ਯੂ। ਅਤੇ ਲਓ ਜੀ, ਆਪਣੀ ਵੈਜ ਥਾਲੀ ਵੀ ਆ ਚੁੱਕੀ ਹੈ। ਵੀ ਇੱਕੋ ਹੀ ਔਡਰ ਕੀਤੀ ਸੀ ਅਤੇ ਇੰਨਾ ਸਾਰਾ ਖਾਣਾ ਵੈਜ ਥਾਲੀ ਦੇ ਵਿੱਚ, 7 ਤੋਂ 8 ਕੌਲੀਆਂ ਨੇ ਅਤੇ ਦੇਖਣ ਨੂੰ ਤਾਂ ਬਹੁਤ ਹੀ ਸਵਾਦ ਲੱਗ ਰਹੀਆਂ ਨੇ। ਅਤੇ ਮੈਂ ਚਾਹੂੰਗੀ ਕਿ ਇੱਕ ਵਾਰੀ ਸਾਨੂੰ ਤੁਸੀਂ ਦੱਸ ਦਿਓ ਕਿ ਤੁਸੀਂ ਵੈਜ ਥਾਲੀ ਦੇ ਵਿੱਚ ਕੀ ਪਰੋਸਦੇ ਹੋ। ਕੜਾਈ ਪਨੀਰ, ਕੜੀ ਪਕੌੜਾ, ਦਾਲ ਮੱਖਣੀ, ਤੰਦੂਰੀ ਸਟਾਰਟਰ ਜੀ, ਪਨੀਰ ਟਿੱਕਾ ਜੀ, ਸਟੀਮ ਰਾਈਸ, ਸਵੀਟ ਡਿਸ਼ ਪੇਨੀ, ਇਹ ਮਿਕਸ ਵੈਜ ਰਾਇਤਾ, ਸਲਾਦ ਸੀ, ਦੋ ਲੱਛਾ ਪਰਾਂਠਾ ਜੀ। ਥੈਂਕ ਯੂ ਸੋ ਮੱਚ। ਅਤੇ ਇਹ ਹੁਣ ਆਪਾਂ ਵਾਰੋ ਵਾਰੀ ਟਰਾਈ ਕਰਦੇ ਹਾਂ ਅਤੇ ਵੈਸੇ ਦੇਖਣ ਨੂੰ ਤਾਂ ਬਹੁਤ ਸਵਾਦ ਲੱਗਦੇ ਨੇ, ਖਾ ਵੀ ਲੈਂਦੇ ਹਾਂ। ਬਾਕੀ ਬਹੁਤ ਹੀ ਸਵਾਦ ਖਾਣਾ, ਪਤਾ ਲੱਗ ਰਿਹਾ ਕਿ ਦੇਸੀ ਘਿਓ ਦੇ ਵਿੱਚ ਤਿਆਰ ਕੀਤਾ ਗਿਆ ਅਤੇ ਬਹੁਤ ਹੀ ਪਿਆਰ ਦੇ ਨਾਲ ਤੁਹਾਨੂੰ ਪਰੋਸਿਆ ਗਿਆ। ਮੈਂ ਸੰਜੀਵ ਰਾਣਾ, ਐਗਜੀ ਸ਼ੈਫ ਗਰਮ ਧਰਮ ਸੇ, ਗਰਮ ਧਰਮ ਮੇਂ ਆਪ ਸਭੀ ਕਾ ਸਵਾਗਤ ਕਰਤਾ ਹੂੰ। ਔਰ ਮੈਂ ਬਤਾਨਾ ਚਾਹਤਾ ਹੂੰ ਕਿ ਹਮ ਯਹਾਂ ਪੇ ਕਿਸ ਤਰ੍ਹਾਂ ਸੇ ਖਾਣਾ ਬਣਾਤੇ ਹੈ। ਕੋਈ ਵੀ ਕਸਟਮਰ ਹਮਾਰੇ ਪਾਸ ਆਤਾ ਹੈ ਤੋ ਹਮ ਪਹਿਲੇ ਪੁੱਛਤੇ ਕਿ ਹਮਾਰੇ ਯਹਾਂ ਪੇ ਮਤਲਬ ਜੋ ਖਾਣਾ ਹੈ ਉਹ ਦੇਸੀ ਘੀ ਮੇਂ ਬਣਾਇਆ ਜਾਤਾ ਹੈ। ਔਰ ਦੂਸਰਾ ਹਮ ਗੈਸਟ ਸੇ ਪਹਿਲੇ ਚੁਆਇਸ ਪੁੱਛਤੇ ਹੈ ਕਿ ਉਨਕੋ ਕਿਸ ਤਰ੍ਹਾਂ ਕਾ ਖਾਣਾ ਚਾਹੀਏ, ਸਪਾਈਸੀ ਚਾਹੀਏ, ਮਾਈਲਡ ਫੂਡ ਚਾਹੀਏ, ਉਸਕੇ ਹਿਸਾਬ ਸੇ ਉਸਕੀ ਪ੍ਰਿਪਰੇਸ਼ਨ ਹੋਤੀ ਹੈ। ਸਾਰਾ ਖਾਣਾ ਪੂਰੀ ਹਾਈਜੀਨਿਕ ਤਰੀਕੇ ਸੇ ਬਣਤਾ ਹੈ, ਸਾਫ਼ ਸਫਾਈ ਕਾ ਪੂਰਾ ਧਿਆਨ ਰੱਖਤੇ ਹਮ ਲੋਕ, ਔਰ ਜੋ ਪੂਰਾ ਖਾਣਾ ਹੈ ਉਹ ਦੇਸੀ ਘੀ ਮੇਂ ਹੀ ਬਣਤਾ ਹੈ।
ਦੋਸਤੋ, ਖਾਣਾ ਆਪਾਂ ਖਾ ਚੁੱਕੇ ਹਾਂ ਗਰਮ ਗਰਮ ਢਾਬੇ ਦਾ, ਅਤੇ ਜਿਹੜਾ ਕਿ ਬਹੁਤ ਹੀ ਲਾਜਵਾਬ ਖਾਣਾ ਸੀ ਅਤੇ ਬਹੁਤ ਹੀ ਪਿਆਰ ਦੇ ਨਾਲ ਪਰੋਸਿਆ ਗਿਆ ਸੀ। ਅਤੇ ਹੁਣ ਗੱਲ ਕਰਦੇ ਹਾਂ ਇੱਥੋਂ ਦੇ ਮਾਹੌਲ ਦੀ, ਜੋ ਮੈਨੂੰ ਆ ਕੇ ਇੱਥੇ ਮਹਿਸੂਸ ਹੋਇਆ, ਬਹੁਤ ਹੀ ਸੋਹਣੀਆਂ ਵਾਈਬਸ ਇੱਥੇ ਆਉਂਦੀਆਂ ਨੇ, ਪੋਜ਼ਿਟਿਵ ਮਾਹੌਲ ਹੈ ਪੂਰਾ। ਤੁਸੀਂ ਫੈਮਿਲੀ ਦੇ ਨਾਲ ਆਉਂਦੇ ਹੋ, ਤੁਸੀਂ ਦੋਸਤਾਂ ਦੇ ਨਾਲ ਆਉਂਦੇ ਹੋ, ਜਾਂ ਫਿਰ ਤੁਸੀਂ ਆਪਣੇ ਕੁਲੀਗਸ ਦੇ ਨਾਲ ਆਉਂਦੇ ਹੋ, ਤੁਹਾਨੂੰ ਉੱਦਾਂ ਦਾ ਹੀ ਇੱਥੇ ਰੰਗ ਦੇਖਣ ਨੂੰ ਮਿਲੇਗਾ। ਸੋ ਬਹੁਤ ਹੀ ਸੋਹਣਾ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਫਰਨੀਚਰ ਰੱਖਿਆ ਹੋਇਆ, ਇੰਟੀਰੀਅਰ ਪੂਰੇ ਢਾਬੇ ਦਾ ਬੜਾ ਸੋਹਣਾ। ਅਤੇ ਸਭ ਤੋਂ ਖਾਸੀਅਤ ਹੈ ਜਿਹੜੀ ਇਹਨਾਂ ਦੀ, 1980 ਦੇ ਟਾਈਮ 'ਚ ਤੁਹਾਨੂੰ ਇਹ ਲੈ ਜਾਂਦੇ ਨੇ ਕਿ ਜਦੋਂ ਤੁਸੀਂ ਇਹਨਾਂ ਦੇ ਭਾਂਡੇ ਦੇਖਦੇ ਹੋ। ਸੋ ਕਾਂਸੀ ਦੇ ਭਾਂਡਿਆਂ ਦੇ ਵਿੱਚ ਜਾਂ ਫਿਰ ਇਹ ਕੁਝ ਖਾਸ ਕੱਚ ਦੇ ਗਲਾਸ ਨੇ ਜਿਹੜੇ ਅਕਸਰ ਆਪਣੇ ਘਰਾਂ ਦੇ ਵਿੱਚ ਵੀ ਹੁੰਦੇ ਸੀ, ਪਰ ਹੁਣ ਨਹੀਂ ਰਹੇ। ਜਿੱਦਾਂ ਇਹ 1980 ਦੇ ਥੀਮ ਨੂੰ ਲੈ ਕੇ ਚੱਲ ਰਹੇ ਨੇ, ਅਤੇ ਭਾਂਡੇ ਵੀ ਇਹਨਾਂ ਨੇ ਉਸੇ ਤਰ੍ਹਾਂ ਦੇ ਹੀ ਰੱਖੇ ਹੋਏ ਨੇ ਕਿ ਤੁਹਾਨੂੰ ਇਹ ਉਸ ਟਾਈਮ ਦੇ ਵਿੱਚ ਲੈ ਕੇ ਜਾ ਸਕਣ। ਗੁੱਡ ਆਫਟਰਨੂਨ, ਮੇਰਾ ਨਾਮ ਅਮਿਤ ਦੁੱਗਲ ਹੈ, ਮੈਂ ਯਹਾਂ ਪੇ ਰੈਸਟੋਰੈਂਟ ਮੈਨੇਜਰ ਹੂੰ, ਔਰ ਹਮਾਰਾ ਇਹ ਧਰਮਿੰਦਰ ਜੀ ਕਾ ਰੈਸਟੋਰੈਂਟ ਹੈ। ਹਮ ਯਹਾਂ ਪੇ 80s ਕੀ ਥੀਮ ਪ੍ਰੈਜੈਂਟ ਕਰ ਰਹੇ ਹੈ, ਜਿਸਮੇ ਹਮਾਰਾ ਜੋ ਕੋਪਰਸ ਕੀ ਥਾਲੀ ਮੈਂ ਹਮ ਪੂਰਾ ਖਾਣਾ ਸਰਵ ਕਰਤੇ ਹੈਂ। ਹਮਾਰਾ ਬੇਸਿਕਲੀ ਇੰਡੀਅਨ ਕਿਊਜ਼ੀਨ ਹੈ ਪ੍ਰੋਪਰ, ਸੋ ਹਮਾਰੇ ਪਾਸ ਯਹਾਂ ਪੇ ਹਰ ਤਰ੍ਹਾਂ ਦਾ ਕਲਾਇੰਟ ਆਤਾ ਹੈ, NRI ਹੈ, ਇੰਡੀਅਨਸ ਹੈ, ਤੋ ਦੇ ਆਰ ਸੈਟਿਸਫਾਈ, ਫੁੱਲੀ ਹੈਪੀ। ਸੋ ਦੋਸਤੋ, ਅੱਜ ਆਪਾਂ ਆਏ ਸੀ ਗਰਮ ਧਰਮ ਢਾਬੇ 'ਤੇ, ਜਿਹੜਾ ਕਿ ਮੋਹਾਲੀ ਦੇ 74 ਸੈਕਟਰ ਏਅਰਪੋਰਟ ਰੋਡ ਕਨੌਟ ਪਲਾਜ਼ਾ ਦੇ ਵਿੱਚ ਖੁੱਲ੍ਹ ਚੁੱਕਿਆ ਹੈ। ਸੋ ਤੁਸੀਂ ਅਗਰ ਬਹੁਤ ਸਵਾਦ ਖਾਣਾ ਖਾਣਾ ਚਾਹੁੰਦੇ ਹੋ ਅਤੇ ਕਿਫਾਇਤੀ ਰੇਟਾਂ ਦਾ ਖਾਣਾ ਚਾਹੁੰਦੇ ਹੋ, ਚੰਗਾ ਮਾਹੌਲ ਤੁਸੀਂ ਚਾਹੁੰਦੇ ਹੋ ਅਤੇ ਇੱਕ ਚੰਗੇ ਇਨਵਾਇਰਮੈਂਟ ਦੇ ਵਿੱਚ ਤੁਸੀਂ ਬੈਠਣਾ ਚਾਹੁੰਦੇ ਹੋ, ਤਾਂ ਗਰਮ ਧਰਮ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਰਹੀਆਂ ਨੇ।